بسم الله الرحمن الرحيم وبه نستعين وصلى الله على محمد محمد وآل محمد صلوات رب اشرح لي صدري ويسر لي أمري وحلل عقدة من لساني يفقه قولي بحق لسان صدقان علیا صلوات والصلاة والسلام على سيادات الجليلات المخدومات المحرومة جڑی خالی ولی آئی آن حق میرا سے ابھی ہائے وہ امت تو ویر بچاوان کیتے سونے مکان دے بیٹھے جتنے عزادار ٹر آئے جنہ دل جو قبر حسین پہلے بندے تلائے کے آخری حلالی تائی میں پیادا ہے وہ امات تو ویر بچاوان کیتے رئیے اہلے بھین گلین دی قدی شہر مدینہ ہے وہ کعبہ کربال رئیے جائیں تجویز کریں دی جی بسم اللہ نوکر امات تو ویر بچاون کی تیری ہے اہلِ بین گلین دی قدی شہر مدینہ ہے وہ کعبہ کربال رہی ہے جائیں تجویر کریں میں بیاد ڈٹھے ہر پاسوں ہے وہ ویرد قاتل بوں رہی ہے جائیں بدلیں دی جدہ امت نے کربل وہیڑ گھدا رہی ہے ہاتھ افسوس ملیں دی میرے وطن دے سردار تشریف فرمائن گھٹ بندے آئے کی تھی کربلا دا محرم کئے ٹھجری بھجدے ہوئے گھوڑے تو لہے بیٹھے لکھا مارنا لے کوئی پتھر مریں دا کوئی تیر مریں دا کوئی نیزہ مریں دا یاد بیٹھائے نہ مارو میں غریبا سیدہ دا نہ مارو میں غریبا منو نہ مارو میریاں بھیڑی نالے عزت آلیوں جڑے ویلے امام دی گل ہر کہیں سنیے ساجد بھائی جی میں بھائن سنیے جی کہیں نہیں سنیے خیمے دے اندروں آ کھڑیے بھرا دے پاس بھائی ودائیں سا اکھالی دی دی دیاں وس دیاں بیان درو گیا دی کھڑیاں مانگ مداد نویر کمینے اتون بین دی فوج تیارے
ਜੇ ਇਜ਼ਨ ਦੇਵੇ ਤਾਂ ਘੇਨਾਵਾਂ ਮੈਦਾਨ ਚ ਪਰਦਾਦਾਰ ਰੋਣਾ ਹੀ ਦਸਰ ਜਾਵੇ ਮੈਂ ਪਿਆਦਾ ਮੇਰਾ ਛੋਟਾ ਫੌਜੀ ਹਾਏ ਵਾਏ ਇੰਜ ਲੜਸੀ ਵਾਦੇ ਸਿਦਾਦ ਹੈਦਰ ਕਰਾਰੇ ਵਾ ਸਾਡਾ ਅਸਾਲ ਮਹਾਜ ਤਾਂ ਕਰ ਬਲ ਨਹੀਂ ਵਾ ਅਸਾਂ ਲੜਨਾ ਏ ਵਿੱਚ ਬਾਜ਼ਾਰ ਸੁਣਿਆ ਕੀਤੀ ਹੈ ਮਾਂ ਹੁਸੈਨ ਨੇ ਤੇਰਾ ਟੁਰਾਇਆ ਕਬੂਲ ਫਰਮਾਵੇ ਥੱਕ ਵੰਜਣਾ ਬਸ਼ਰੀ ਤਕਾ ਦੇ ਮੁਸਲਸਲ ਬੰਦਾ ਨਹੀਂ ਰੋ ਸਕਦਾ ਬਸ਼ਰ ਦਾ ਕੰਮ ਹੀ ਨਹੀਂ ਮੁਸਲਸਲ ਰੋਵਣਾ ਕਿਸਮਤ ਹੈ ਸੱਜਾਦ ਦੀ ਆਪਣੀ ਇੱਕ ਜੁਮਲਾ ਸੁਣੋ ਇੱਕ ਵੈਣ ਮੈਂਬਰ ਬਾਈ ਦੇ ਹਵਾਲੇ ਵਸਦਾ ਹਾ ਮਦੀਨਾ ਜਿਹੜਾ ਥੱਕ ਪੀ ਹੈ ਨਾ ਉਸ ਬੰਦੇ ਨਾਲ ਗੱਲ ਨਹੀਂ ਜਿਹੜੇ ਅਜ਼ਾਦਾਰ ਤਸ਼ਰੀਫ ਫਰਮਾਓ ਉਹ ਬੰਦੇ ਸਰ ਚ ਵਿਆ ਸ਼ਖਸੀਅਤ ਪਸੰਦ ਬੰਦੇ ਦਾ ਜ਼ਾਕਰ ਨਹੀਂ ਆ ਜਿਹਨੂੰ ਹੁਸੈਨ ਦਾ ਜ਼ਿਕਰ ਪਸੰਦ ਹੈ ਉਹ ਬੰਦੇ ਵਸਦਾ ਹਾਈ ਸਾਜਦ ਮਦੀਨਾ ਕਿਤਾਬਾਂ ਪੜ੍ਹੋ ਨਈਮ ਉਲ ਅਬਰਾਰ ਵਾਲਾ ਲਿਖਦਾ ਵਸਦੇ ਵੇਲੇ ਮਦੀਨੇ ਤੇਜ਼ ਬਾਰਿਸ਼ ਲਹਿ ਪਈ ਬਾਰਿਸ਼ ਇਤਨੀ ਤੇਜ਼ ਆਈ ਜੋ ਮਾਵਾਂ ਨੂੰ ਬਾਲ ਸੰਭਾਲਣੇ ਪੈ ਗਏ ਇੱਜ਼ਤ ਅਲਿਓ ਨਬੀ ਦੀ ਧੀ ਬੇਚੈਨ ਹੋਈ ਜੋ ਹਸਨੈਨ ਘਰ ਕੋਈ ਨੈਣ ਉਬਾਹਲੇ ਕਦਮ ਚਾ ਕੇ ਉੱਥੇ ਆਈ ਜਿੱਥੇ ਨਬੀਆਂ ਦਾ ਨਬੀ ਬੈਠਾ ਏ ਪਿਓ ਦੇਹੀ ਨੂੰ ਰੋਂਦਾ ਰਿੱਠਾ ਤਲੀਆਂ ਟੇਕ ਕੇ ਉੱਠਾ ਪੇਸ਼ਾਨੇ ਚੁੰਮੇ ਫਰਮਾਇਆ ਬੱਚੜਾ ਡਸਾ ਰੋਂਦੀ ਕਿਉਂ ਏ ਫਰਮਾ ਬਾਬਾ ਕਿਵੇਂ ਨਾ ਰੋਵਾਂ ਡਿੱਠਣੇ ਬਾਰਿਸ਼ ਤੇਜ਼ ਏ ਅਤੇ ਮੇਰੇ ਪੁੱਤਰ ਘਰ ਕੋਈ ਨਹੀਂ ਨਬੀ ਨੂੰ ਕਾਲੀ ਕਮਲੀ ਭੁੱਲ ਗਈ ਏ ਉਬਾਹਲੇ ਕਦਮ ਨਬੀ ਚੈਨ ਨਬੀ ਜਾਣਦੇ ਹੈ ਜੋ ਹਸਨੈਨ ਕਿੱਥੇ ਮਦੀਨੇ ਵਾਲਿਆਂ ਨੂੰ ਦੱਸਣਾ ਆਈ ਜੋ ਹਸਨੈਨ ਦੀ ਇੱਜ਼ਤ ਕਿਤਨੀ ਹੈ ਮਦੀਨੇ ਦੀ ਹਰ ਗਲੀ 'ਚ ਨਬੀ ਹਸਨੈਨ ਵਧਾ ਗੁਲੇਂਦੇ ਇੱਜ਼ਤ ਵਾਲਿਆਂ ਗੁਲੇਂਦਿਆਂ 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 ਮਦੀਨੇ ਦੇ ਬਾਹਰੋਂ ਆਵੇਨ ਬਾਗ ਦੇ ਇੱਕ ਦਰਖਤ ਥੱਲੇ ਬਹਿ ਕੇ ਨਾ ਦੋਵੇਂ ਬੇਰਾ ਇੱਕ ਬਏ ਦੇ ਗਲ 'ਚ ਬਹਿ ਪਾ ਕੇ ਵਤਨ ਵਾਲਿਓਂ ਬਾਰਿਸ਼ ਦਾ ਨਜ਼ਾਰਾ ਪੇ ਕਰਦੇ ਨੇ ਨਬੀ ਅੱਗੇ ਵਧਿਆ ਪੁੱਤਰਾਂ ਨੂੰ ਚਾਇਆ ਪਿਆਰ ਕੀਤਾ ਹਾਂ ਨਾ ਲਾਇਆ ਨਬੀ ਟੁਰ ਪਏ ਇੱਜ਼ਤ ਹੁਸੈਨ ਦੀ ਕਸਮੇ ਅੱਬਾਸ ਅਤੇ ਅਲਮ ਦੀ ਕਸਮੇ ਤੇਰੇ ਰਵਾਉਣ ਵਾਸਤੇ ਆਖਾਂ ਜ਼ਿੰਦਗੀ ਦੀ ਆਖਰੀ ਮਜਲਿਸ ਹੋਵੇ ਕੋਈ ਬੰਦਾ ਹਾਏ ਨਾ ਕਰੇ ਉਹ ਜਾਣੇ ਤੋ ਅਲੀ ਦੀਆਂ ਦੀਆਂ ਜਾਣੇ ਇੱਜ਼ਤ ਵਾਲਿਓਂ ਸਾਹਿਬ ਕਿਤਾਬ ਲਿਖੇ ਜਿੱਦਾਂ ਵਿਹੜੇ 'ਚ ਆਏ ਨਾ ਹਸਨ ਅਮੀਰ ਨੂੰ ਵਿਹੜੇ ਛੋੜ ਦਿੱਤਾ ਹੁਸੈਨ ਨੂੰ ਛੋੜਿਆ ਨਹੀਂ ਉਬਾਹਲੇ ਕਦਮ ਚਾ ਕੇ ਹੁਜਰੇ 'ਚ ਲੈ ਗਏ ਕਮੀਜ਼ ਲਹਾ ਕੇ ਨਾ ਸਾਜਿਜ ਵਜੂਦ 'ਤੇ ਬੋਸੇ ਦੇ ਕੇ ਨਬੀਆਂ ਦਾ ਨਬੀ ਪੁੱਛਦਾ ਬੈਠਾ ਹੁਸੈਨ ਦੱਸ ਬਾਰਿਸ਼ ਤੇਜ਼ ਆ ਜ਼ਖਮੀ ਤਾਂ ਨਹੀਂ ਹੋਇਆ ਕੋਈ ਤਾਂ ਉਸ ਹੀ ਜਿਹੜਾ ਹੈ ਕਰ ਸਕਦਾ ਬਈ ਜਿਹੜਾ ਹੁਸੈਨ ਦੀ ਗੁਰਬਤ 'ਤੇ ਹੈ ਕਰ ਸਕਦਾ ਮੈਂ ਬਿਸਮਿਲ੍ਲਾ ਕਰਾਂ ਸਦਕੇ ਹੋਵਾਂ ਜਿਹੜੇ ਵੈਣ ਪੇ ਕਰਦੇ ਹੋ ਦੱਸਾ ਹੁਸੈਨ ਜ਼ਖਮੀ ਤਾਂ ਨਹੀਂ ਹੋਇਆ ਮੇਰੇ ਵਤਨ ਦੇ ਸਰਦਾਰ ਤਸ਼ਰੀਫ ਫਰਮਾਓ ਇਹ ਹੱਥ ਜੋੜ ਕੇ ਔਰ ਰਲ ਕੇ ਇੱਕ ਨਬੀਆਂ ਦੇ ਨਬੀ ਨਾਲ ਸਵਾਲ ਕਰਦੇ ਹੈ ਹਾਏ ਅੱਲਾ ਦਾ ਨਬੀ ਅੱਜ ਵਸਦਾ ਪੀਏ ਨਾ ਤੀਰਾਂ ਦੇ ਜ਼ਖਮ ਹਨ ਨਾ ਪੱਥਰਾਂ ਦੇ ਜ਼ਖਮ ਹਨ ਹਾਏ ਨਬੀਆਂ ਦਾ ਨਬੀ ਬਾਰਿਸ਼ ਦੇ ਜ਼ਖਮ ਬਰਦਾਸ਼ਤ ਨਹੀਂ ਕੀਤੇ ਪੁੱਛਣਾ ਹੀ ਉਹ ਕੁਝ ਜਾਂਦੇ ਹੈ ਪੁੱਤਰਾਂ ਦੇ ਜ਼ਖਮ ਬਰਦਾਸ਼ਤ ਨਹੀਂ ਕੀਤੇ ਉਸ ਵੇਲੇ ਕਿਨ ਗਈਆਂ ਮੈਂ ਜਿਹੜੇ ਵੇਲੇ ਬਾਜ਼ਾਰ ਚਾ ਦੀ ਆਈ ਨਾ ਮਾਰੋ ਮੇਰੀ ਕਤਾਰ ਮਾਰੀ ਗਈ ਹੈ ਅਲਹਮਦੁਲਿਲਾਹ ਅਲਹਮਦੁਲਿਲਾਹ ਮੈਂ ਬਿਸਮਿਲ੍ਲਾ ਕਰਾਂ ਸਦਕੇ ਹੋਵਾਂ ਨਾ ਮਾਰੋ ਮੇਰੀ ਕਤਾਰ ਮਾਰੀ ਗਈ ਹੈ ਬਸ ਇੱਥਾਂ ਹੀ ਮੈਂ ਸੁਣੋ ਮਿੰਬਰ ਕਿਬਲਾ ਦੇ ਹਵਾਲੇ ਕਰਾਂ ਜ਼ਖਮ ਤਾਜ਼ਾ ਹੋਵੇ ਨਾ ਸਾਜਿਦ ਫਿਤਰਤ ਜ਼ਮਾਨਾ ਹੈ ਇਹ ਸਾਰੇ ਬਜ਼ੁਰਗ ਜਾਣਦੇ ਨੇ ਜਵਾਨੀ ਗਵਾਈ ਦੇ ਸਨ ਜ਼ਖਮ ਤਾਜ਼ਾ ਹੋਵੇ ਬਾਈ ਜਾਨ ਉਹਦੀ ਤਕਲੀਫ ਥੋੜ੍ਹੀ ਆਉਂਦੀ ਮੈਂ ਤੇਰਾ ਵਤਨੀ ਨਿਆਜ਼ਮੰਦਾ ਅਤੇ ਹੱਥ ਜੋੜ ਕੇ ਮਿੰਨਤ ਕਰੇ ਨਾ ਹਾਏ ਨਾ ਕਰੇ ਮੇਰੀ ਗੱਲ ਜ਼ਰੂਰ ਸੁਣੇ ਮੈਂ ਕਿਹਾ ਜ਼ਖਮ ਤਾਜ਼ੇ ਹੋਵੇ ਉਹਦੀ ਤਕਲੀਫ ਥੋੜ੍ਹੀ ਆਉਂਦੀ ਹੈ ਅਤੇ ਅੱਲਾ ਨਾ ਕਰੇ ਕੁਝ ਅਰਸੇ ਬਾਅਦ ਉਹਨਾਂ ਜ਼ਖਮਾਂ 'ਤੇ ਪੱਥਰ ਲੱਗ ਪਵੇ ਕਰੋੜ ਪੱਕੇ ਦੇ ਕਦੀਮੀ ਅਜ਼ਾਦਾਰ ਹੋ ਮੈਂ ਕਿਹਾ ਉਹਨਾਂ ਜ਼ਖਮਾਂ 'ਤੇ ਪੱਥਰ ਲੱਗ ਪਵੇ ਵੱਧ ਪੱਥਰ ਮਰਦਨ ਨਾ ਲੱਗੇ ਮਸਤੋਰਨ ਨਾ ਲੱਗੇ
ਵਤ ਹੱਥ ਰੁੱਧੇ ਹੋਏ ਹੋਵੇ। ਤੇਰਾ ਚੌਥਾ ਇਮਾਮ ਆ ਤਾਂ ਐਡੀ ਗੁਰਬਤ ਆਈ ਸਾਡੇ ਤੇ, ਜਿਹੜੇ ਵੇਲੇ ਪੱਥਰ ਮਰਿੰਦੇ ਆ ਨਾ, ਮੇਰੀਆਂ ਮਾਵਾਂ ਐਡੀਆਂ ਮਜਬੂਰ ਆਏ ਨੇ, ਇੱਕ ਬਈ ਨੂੰ ਦੱਸ ਨਹੀਂ ਸਕਦੀਆਂ, ਰੋ ਰੋ ਕੇ ਗੱਲ ਇੱਕ ਕਰਦੀਆਂ ਨੇ, ਮਤਲਬ ਸਜਾਦ ਨੂੰ ਦੱਸਾਂ ਤੇ ਬਾਜ਼ਾਰ ਚ ਮਰ ਜਾਵੇ। ਸਦਕਾ 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 ਬਿਸਮਿਲ੍ਲਾ ਕਰਾਂ, ਜਿਹੜੇ ਵੈਣ ਪੇ ਕਰਦੇ ਹੋ ਇੱਜ਼ਤ ਵਾਲਿਓ, ਮਾਂ ਹੁਸੈਨ ਦੀ ਇੱਜ਼ਤ ਦੇਵੇ। ਔਖਾ ਬਾਜ਼ਾਰ ਪਰਦੇਦਾਰ ਨਿਭਾਇਆ, ਮੈਂ ਕਿਹਾ ਔਖਾ ਬਾਜ਼ਾਰ ਨਿਭਾਇਆ ਤੇ ਤੂੰ ਚੁੱਪ ਕਰ ਗਈ ਹੈ, ਤੇਰੀ ਆਪਣੀ ਮਰਜ਼ੀ ਆਈ ਨਾ। ਮੈਂ ਕਿਹਾ ਬਾਜ਼ਾਰ ਨਿਭਾਇਆ ਨੇ ਬਾਜ਼ਾਰ ਅਤੇ ਮਰ ਮੁਜ਼ੀਨ ਬਈ, ਕਰਬਲਾ ਦੇ ਜ਼ਖਮੀਆਂ ਦਾ ਇੱਕ ਫਰਕ ਹੈ, ਜਿਹੜੇ ਕਰਬਲਾ ਦੇ ਜ਼ਖਮੀ ਹੈ ਨਾ ਉਹ ਇੱਕ ਦੀਨ ਦੇ ਜ਼ਖਮੀ ਹੈ। ਜਿਹਨੂੰ ਇਹ ਜੁਮਲਾ ਸਮਝ ਨਹੀਂ ਆਇਆ ਯਾਦ ਆਈ ਉਹ ਤਾਂ ਤਬਦੀਲ ਕਰਕੇ ਜਾਦਾਂ, ਕਰਬਲਾ ਉਹ ਜਾਹੇ ਜਿੱਥੇ ਹੁਸੈਨ ਤੌਹੀਦ 9 ਘੰਟੇ 'ਚ ਬਚਾਈਏ। ਜਿਹਨੂੰ ਅਜੇ ਇਹ ਗੱਲ ਹੀ ਸਮਝ ਨਹੀਂ ਆਈ, 9 ਘੰਟੇ ਜਾਂ 72 ਘੰਟਿਆਂ ਦਾ ਮਕਤਲ ਲਿਖਿਆ ਕਰਬਲਾ ਦਾ, ਮੁਹਰਮ ਦਾ ਦਿਨ ਹੈ, 9 ਘੰਟੇ 'ਚ ਹੁਸੈਨ ਤੌਹੀਦ ਬਚਾਈਏ। ਬੰਦਾ ਸ਼ੀ ਹੋਵੇ, ਬਾਬਾ ਕੈਸਰ ਸ਼ਾਹ ਜੀ ਹੈ ਨਾ ਕਰੇ, ਮੇਰੇ ਦਿਲ ਨਹੀਂ ਮੰਨਦਾ। ਮੈਂ ਕਿਹਾ 9 ਘੰਟੇ 'ਚ ਹੁਸੈਨ ਤੌਹੀਦ ਬਚਾਈਏ, 2.5 ਸਾਲ 'ਚ ਭੈਣ ਬੇਰਾ ਬਚਾਇਆ। ਅਲਮਾਨ ਕਰਾਂ, ਅਲਮਾਨ ਕਰਾਂ, ਅਲਮਾਨ ਕਰਾਂ, ਜਿਹੜੇ ਹੈ ਪੇ ਕਰਦੇ, 2.5 ਸਾਲ ਲੱਗੇ ਭੈਣ ਨੂੰ ਬੇਰਾ ਬਚਾਉਂਦੇ ਹਾਂ। ਜੇ ਤੇਰਾ ਦਿਲ ਬਣ ਗਿਆ ਨਾ ਤਾਂ ਜੁਮ ਅਲੱਗ ਲਈ ਆਦਾਂ, ਬੇਰਾ ਖੁੱਲ੍ਹੇ ਹੱਥਾਂ ਨਾਲ ਤੌਹੀਦ ਬਚਾਈਏ, ਭੈਣ ਬੱਧੇ ਹੱਥਾਂ ਨਾਲ ਬੇਰਾ ਬਚਾਇਆ, ਬੇਰਾ ਬਚਾਉਂਦੇ ਹਾਂ, ਬਚਾਉਂਦੇ ਹਾਂ, ਬਚਾਉਂਦੇ ਹਾਂ। ਜਿੱਦਾਂ ਮਾਰ ਮੁਜ਼ੀਨ ਬੇਰਾ ਬਚ ਗਈ ਹੈ ਨਾ, ਜ਼ਰਾ ਗੁਰਬਤ ਵੇਖ ਅਲੀ ਦੀ ਧੀ ਨੂੰ, ਬੇਰਾ ਬਚਾਉਂਦੇ ਹਾਂ, ਬਚਾਉਂਦੇ ਹਾਂ। 72 ਬਾਜ਼ਾਰ 36 ਮੁਲਕਾਂ 'ਚ ਅਲੀ ਦੀ ਧੀ ਬੇਰਾ ਬਚਾਇਆ। ਜਿੱਦਾਂ ਬੇਰਾ ਬਚ ਗਈ ਹੈ ਨਾ, ਕਬਰ 'ਤੇ ਮੱਥਾ ਲਾ ਕੇ ਆਦੀ ਅੱਖਾਂ ਬਾਲ, ਹੁਣ ਮੈਨੂੰ ਕੋਈ ਨਹੀਂ ਸੁਣੇਗਾ। ਅਲਮਾਨ ਕਰਾਂ, ਜਿਹੜਾ ਅਰਮਾਨ ਸੁਣਦਾ, ਜ਼ਰੂਰੀ ਤਾਂ ਨਹੀਂ ਨਾ ਮੈਂ ਤੀਰ ਪੱਥਰ ਤਲਵਾਰਾਂ ਪਣਾ ਤਾਂ ਤੁਰਾਉਂਦਾ, ਸ਼ਹੀਦਾਂ ਦੀ ਇੱਜ਼ਤ ਤੁਰੂੰ ਨਾ ਕਰ, ਕਬਰ 'ਤੇ ਮੱਥਾ ਲਾ ਕੇ ਆਦੀ ਅੱਖਾਂ ਬਾਲ, ਹੁਣ ਮੈਨੂੰ ਕੋਈ ਨਹੀਂ ਸੁਣੇਗਾ। ਬਾਬਾ ਜੀ ਔਖਾ ਬਾਜ਼ਾਰ ਨਿਭਾ ਕੇ ਬਸਤੂਲ ਨਾ ਹੋ ਜਾਵੇ ਦਰਬਾਰ ਆਖੜੀ। ਮੈਂ ਕਿਹਾ ਦਰਬਾਰ ਆਖੜੀਏ, 1100 1200 1600 ਕੁਰਸੀ ਲੱਗੀ ਹੋਈ ਹੈ, ਗੁਲਾਮ ਜ਼ਾਦਿਆਂ ਦੀ ਔਲਾਦ ਕੁਰਸੀਆਂ 'ਤੇ ਹੈ, ਵਤਨ ਵਾਲੇ ਅਰਸ਼ ਦੇ ਵਸਦੇ ਮਿੱਟੀਆਂ 'ਤੇ ਹੈ। ਹਾਲਤ ਕਿਹਾ ਨਾ ਮੁਨਾਸਿਬ ਮਕਾਮ 'ਤੇ ਆਈ ਸਰ ਹੁਸੈਨ ਬਾਦਸ਼ਾਹ ਦਾ, ਇਹ ਕਮੀਨਾ ਸਰ ਨਾਲ ਬੇਅਦਬੀ ਬੈਠਕ ਰਹਿੰਦਾ। ਤੇਰੇ 6ਵੇਂ ਇਮਾਮ ਕੋਲ ਕਹਿੰਦੇ, ਬੰਦੇ ਪੁੱਛਿਆ ਨਾ ਮੌਲਾ ਸਾਡੇ ਮੰਨਣ ਵਾਲੇ ਦੀ ਨਿਸ਼ਾਨੀ ਕੀ, ਮੌਲਾ ਫਰਮਾਇਆ ਜਿੱਥੇ ਸਾਡੇ ਜਦ ਹੁਸੈਨ ਦਾ ਨਾਂ ਆਵੇ ਨਾ ਉਹਦੀ ਅੱਖ ਦੱਸੇ ਸੀ ਇਹ ਸਾਡੇ ਮੰਨਣ ਵਾਲਾ। ਰੋ ਨਾ ਸਕੇ ਤਾਂ ਹੈ ਜ਼ਰੂਰ ਕਰੇ, ਇੱਜ਼ਤ ਵਾਲਿਓ ਇਹ ਸਰ ਨਾਲ ਬੇਅਦਬੀ ਬੈਠਕ ਰਹਿੰਦਾ, ਹੱਸ ਕੇ ਆਦਾ ਅੱਜ ਕੋਈ ਸ਼ੀ ਹੋਵੇ ਆ ਜਿਹੜਾ ਦਰਬਾਰ 'ਚ ਮੌਜੂਦ ਹੋਵੇ ਆ, ਮੈਂ ਉਹਦੇ ਪੀਰਾਂ 'ਤੇ ਜ਼ੁਲਮ ਕਰਾਂ ਹਾਂ, ਉਹ ਰੋਵੇ ਹਾਂ, ਮੈਨੂੰ ਬੜੀ ਖੁਸ਼ੀ ਹੋਵੇ ਆ। ਇੱਕ ਸਿਪਾਹੀ ਅੱਗੇ ਵਧਿਆ ਵੇਖ ਕੇ ਤਾਂ ਤੇਰੇ ਜ਼ਿੰਦਾਨ 'ਚ ਮੁਖਤਾਰ ਕਹਿ ਦੇ, ਮੌਸਮ ਦੀ ਸ਼ਹਿ ਮੁਖਤਾਰ ਕਹਿ ਦੇ, ਮੁਖਤਾਰ ਤੋਂ ਵੱਡਾ ਸ਼ੀਆ ਹੋਰ ਕੋਈ ਨਹੀਂ, ਅਦ ਵੰਜੋ ਮੁਖਤਾਰ ਨੂੰ ਲੈ ਆਓ। ਜਿਹੜੇ ਆਜ਼ਾਦਾਰ ਜਾਣਦੇ ਨੇ ਇੰਤਕਾਮ ਮੁਖਤਾਰ ਕਿਤਾਬ ਦਾ ਨਾਂ ਹੈ, ਮੁਖਤਾਰ ਨੂੰ ਜ਼ਿੰਦਾਨ 'ਚ ਮੀਸਾ ਮੈਂ ਤਮਾਰ ਦੱਸਿਆ ਹਾਂ, ਮੈਂ ਬਹਰਮ ਮੁਹਰਮ ਹੋ ਸੀ, ਤੈਨੂੰ ਅਕਬਰ ਦੇ ਬਾਬੇ ਦੀ ਜ਼ਿਆਰਤ ਹੋ ਸੀ। ਇਹ ਗੱਲ ਬੈਠਾ ਸੁਚੇਂਦਾ ਹਾਂ, ਸਿਪਾਹੀ ਅੱਗੇ ਵੱਧ ਪੈਣ, ਇੱਕ ਸਿਪਾਹੀ ਅੱਗੇ ਵਧਿਆ ਮੁਖਤਾਰ ਦੇ ਪਾਸ ਵੇਖ ਕੇ, ਆਦਾ ਮੁਖਤਾਰ ਮੇਰਾ ਸਲਾਮ ਹੋਵੀ, ਮੁਖਤਾਰ ਆਦਾ ਮੇਰਾ ਹੀ ਸਲਾਮ ਹੋਵੀ, ਕਿਵੇਂ ਆਇਆ ਹੈ ਤੈਨੂੰ ਬਾਦਸ਼ਾਹ ਦਰਬਾਰ ਯਾਦ ਗੀਤ। ਮੁਖਤਾਰ ਕਣੀਆਂ ਕੁੰਜੀਆਂ ਟੁਰ ਪਿਆ, ਇੱਕ ਕਦਮ ਜਾਵੇ ਆਸਮਾਨ ਦਰ ਵੇਖ ਕੇ, ਆਦਾ ਹੀ ਮੇਰਾ ਅੱਲਾ ਉਸ ਮਿਲਣਾ ਆ ਜਹਾਈ, ਮੇਰਾ ਅੱਲਾ ਕਿਵੇਂ ਹੋ ਸਕਦਾ ਹੈ ਜਿਹਦਾ ਬੋਲਣ ਕੁਰਾਨ ਬਣਦਾ ਹੋਵੇ, ਉਹਦਾ ਵਾਅਦਾ ਗਲਤ ਨਹੀਂ ਆਉਂਦਾ। ਇਹ ਗੱਲਾਂ ਕਰੇਂਦਾ ਆ ਦਰਬਾਰ ਦਾ ਦਰਵਾਜ਼ਾ ਆਇਆ, ਹਰ ਦਿਨ ਨਿਗਾਹ ਪਈਏ ਹਰ ਕੋਈ ਆਦਾ ਰਸਤਾ ਦੇ ਵੋ ਮੁਖਤਾਰ ਆ ਗਿਆ ਹੈ। ਭਾਈ ਜਾਨ ਮੁਖਤਾਰ ਦੀ ਆਮਦ ਦਾ ਐਲਾਨ ਹਰ ਗਏ ਸੁਣਿਆ, ਜਿਵੇਂ ਅਲੀ ਦੀਆਂ ਧੀਆਂ ਸੁਣਿਆ,
ਇੰਜ ਕਹਿ ਨਹੀਂ ਸੁਣਿਆ ਦਾਈਆ ਦੇ ਬਾਰਿਸ਼ ਕੋਈ ਨਾ ਬਦਲ ਕੋਈ ਨਾ ਮੇਰੀ ਕੰਡ ਪਾਣੀ ਨਾਲ ਪੁੱਸ ਗਈ ਹੈ ਦਾਈਆ ਦੇ ਮੁੜ ਕੇ ਰਿਠਾ ਮੈਂ ਗੱਬ ਚੜਾ ਦਸਾਂ ਰੋਂਦੀ ਕਿਉਂ ਹੈ ਆਦੇ ਮੰਗ ਦੁਆ ਸ਼ਾਲ ਮੈਂ ਮਰ ਜਾਵਾ ਹਾਏ ਬਛੜਾ ਮੌਤ ਮੰਗਣੀ ਆਇਆ ਉਸ ਵੇਲੇ ਮੰਗਿਆ ਜਦੋਂ ਦਾ ਮੁਹਰਮ ਆਦਰੇ ਅਕਬਰ ਦੀਨ ਛੋੜੀ ਆਈ ਉਸ ਵੇਲੇ ਮੌਤ ਮੰਗਿਆ ਜਦੋਂ ਕਾਸਮ ਜੀ ਦਾ ਹੱਥ ਗੋਲੇ ਭੱਜ ਗਿਆ ਉਸ ਵੇਲੇ ਮੌਤ ਮੰਗਿਆ ਜਦੋਂ ਜੋੜੀ ਜਣੀ ਆਇਆ ਉਸ ਵੇਲੇ ਮੰਗਿਆ ਜਦੋਂ ਅਬਾਸ ਜਣਿਆ ਆਈ ਉਸ ਵੇਲੇ ਮੌਤ ਮੰਗੀ ਹੋਈ ਆ ਜਿਹੜੇ ਵੇਲੇ ਸਰਦ ਕੁਰਾਨ ਜਾ ਗਿਆ ਦੀਆਂ ਵੇ ਨਮਾਰੋ ਲਾਜ਼ ਬਾਦ ਆਪੇ ਮਰਵੇ ਸੀ ਬੀਬੀਆ ਦੀ ਉਸ ਵੇਲੇ ਮੌਤ ਮੰਗੇ ਆ ਜਿਹੜੇ ਵੇਲੇ ਬਾਜ਼ਾਰ ਗੁਜ਼ਾਰ ਆਈਏ ਹੁਣ ਮੌਤ ਕਿਉਂ ਪਈ ਮੰਗਦੀ ਏ ਹੁਣ ਤਾਂ ਮੇਰੀ ਕੰਨ ਦਾ ਪਰਦਾ ਬਣਾਇਆ ਹੋਇਆ ਹੀ ਹੈ ਬੰਦਾ ਹੋਵੇ ਸ਼ੀਆ ਇੱਜ਼ਤ ਜ਼ੈਨਬ ਜਾਣ ਦੋ ਵੇ ਹਾਏ ਨਗਰੇ ਹੋ ਨਹੀਂ ਸਕਦਾ ਅਲੀ ਦੀਦੀ ਉੱਜਰ ਹੋ ਗਿਆ ਦੀ ਅੰਮਾ ਕਿਵੇਂ ਮੌਤ ਨਾ ਮੰਗਾ ਮੇਰਾ ਫਿਰਾ ਆ ਗਿਆ ਏ ਮੇਰੀ ਚਾਦਰ ਕੋਈ ਨਹੀਂ ਅੰਮਾ ਮੈਂ ਅਲੀ ਦੀਦੀ ਅੰਮਾ ਮੈਨੂੰ ਬਾਬੇ ਤੂੰ ਪਰਦਾਇਆ ਮੈਂ ਹਯਾ ਵਾਲੀ ਜ਼ੈਨਬਾ ਇੱਜ਼ਤ ਵਾਲਿਓ ਖਤਮ ਹੋ ਗਈ ਮਜਲਿਸ ਤੇ ਹਾਲਤ ਆ ਮੁਖਤਾਰ ਤਖ਼ਤ ਦੇ ਸਾਹਮਣੇ ਆ ਖੜਾ ਹੈ ਮੁਖਤਾਰ ਸਲਾਮ ਨਹੀਂ ਕੀਤਾ ਇੱਕ ਕਮੀਨਾ ਦਾ ਮੁਖਤਾਰ ਤੇ ਸਾਡੇ ਅਮੀਰ ਦਾ ਸਲਾਮ ਨਹੀਂ ਕੀਤਾ ਮੁਖਤਾਰ ਦੀ ਆਵਾਜ਼ ਬਿਆਨ ਜ਼ਾਲਿਮਾ ਤੇਰਾ ਅਮੀਰ ਹੋ ਸੀ ਮੇਰਾ ਅਮੀਰ ਹੁਸੈਨ ਮੁਖਤਾਰ ਦਾ ਕਿਉਂ ਛੱਡੇ ਯਾਦ ਦਸਤੂਰੇ ਜ਼ਮਾਨਾ ਹੈ ਜਦੋਂ ਬਾਦਸ਼ਾਹਾਂ ਨੂੰ ਖੁਸ਼ੀਆਂ ਮਿਲਦੀਆਂ ਹਨ ਉਹ ਕੈਦੀਆਂ ਦੀ ਸਜ਼ਾ ਚ ਕਮੀ ਕਰੇਂਦੇ ਨੇ ਜਾਂ ਹੱਥ ਆਜ਼ਾਦ ਕਰੇਂਦੇ ਨੇ ਮੰਗ ਕੇ ਦੇਵਾ ਮੁਖਤਾਰ ਦਾ ਮੈਂ ਮੰਗਣ ਵਾਲਾ ਨਹੀਂ ਆਉਂਦਾ ਜ਼ਰੂਰ ਮੰਗ ਮੈਨੂੰ ਜੋ ਇਤਨੀ ਖੁਸ਼ੀ ਹੋਈ ਹੈ ਮੁਖਤਾਰ ਦਾ ਵੱਧ ਜ਼ਰੂਰ ਦੇਵਣਾ ਤਾਂ ਇੱਕ ਦਸਤਾ ਫੌਜ ਦਾ ਦੇ ਤਰੇ ਦਿਨ ਦੀ ਮੁਹਲਤ ਰੇ ਆਦਾ ਕਿਤੇ ਵਹਿੰਦਾ ਆਦਾ ਸੁਣਿਆ ਹੈ ਅਕਬਰ ਦਾ ਬਾਬਾ ਕਰ ਉਸ ਅਕਬਰ ਨੂੰ ਸਹਿਰੇ ਪਾਵਣੇ ਨ ਮੈਂ ਜੋ ਉਹਨਾਂ ਦਾ ਨੌਕਰ ਮੈਂ ਉਹਦੀ ਸ਼ਾਦੀ ਦਵੈਦਾ ਆਦਾ ਹੁਸੈਨ ਨੂੰ ਮਿਲਣਾ ਹੀ ਦੂਰ ਨਵਾਂ ਹੁਸੈਨ ਥਾਈ ਮਿਲਾਵਾ ਨਾਮ ਮੁਨਾਸਿਬ ਮਕਾਮ ਤੂੰ ਸਰ ਚੈਂਦਾ ਆਇਆ ਮੁਖਤਾਰ ਦਰ ਵਧਾ ਗਿਆ ਦਾ ਸੁਣਾਣੀ ਉਹ ਹੁਸੈਨ ਮਿੰਬਰ ਦੀ ਕਸਮ ਹੈ ਜਾਂ ਮੁਖਤਾਰ ਨਹੀਂ ਬੋਲਿਆ ਜਾਂ ਕੱਪੇ ਹੋਏ ਲੱਭ ਹਲ ਗਏ ਨਾ ਹੌਲੇ ਹੌਲੇ ਆਵਾਜ਼ ਪਈ ਆਉਂਦੀ ਹੈ ਮੁਖਤਾਰ ਭੁੱਲ ਨਹੀਂ ਮੈਨੂੰ ਸੁਣਾਣ ਮੈਂ ਹੁਸੈਨ ਹੁਸੈਨ ਦਾ ਨਾਮ ਆਵਣਾ ਮੁਖਤਾਰ ਨਾਰਾ ਤਕਬੀਰ ਬੁਲੰਦ ਕੀਤਾ ਹੀ ਆ ਹੱਥ ਆਜ਼ਾਦ ਹੋ ਗਏ ਨਾਲ ਸਿਪਾਹੀ ਤੂੰ ਤਲਵਾਰ ਲਈ ਇਸ ਹਮਲੇ ਦਾ ਇਰਾਦਾ ਕੀਤਾ ਹੀ ਆ ਦੋ ਕੜੀਆਂ ਲੈ ਹੱਥ ਗੰਢ ਦੇ ਆਏ ਨਾ ਹੌਲੇ ਹੌਲੇ ਆਵਾਜ਼ ਪਈ ਆਉਂਦੀ ਹੈ ਚਾਚਾ ਨਾ ਲੜੇ ਮੈਂ ਗਰੀਬ ਆਦਾ ਕੌਣੇ ਜੱਜ ਸੜਾ ਲਾ ਦਾ ਸੁਜਾਲ ਮੈਂ ਸਜਾਦਾ ਸਜਾਦ ਨਾਮ ਆਉਣਾ ਮੁਖਤਾਰਾ ਦਾ ਮੈਰਾ ਦਾ ਕੀਤਾ ਹੈ ਦੋਵੇਂ ਹੱਥ ਕਦਮਾਂ ਦਲਾਵਾ ਰਾਤ ਵੱਧ ਗਈ ਹੈ ਦਰੋ ਰੋ ਗਿਆ ਦੇ ਪੈਰ ਮੁਖਤਾਰ ਮਿੰਨਤ ਕਰੇ ਦਾ ਪਿੱਛਾ ਨ ਵੇਖੇ ਹਾਏ ਸਜਾਦ ਨਾਰਾਜ਼ ਹੋ ਗਈ ਹੈ ਰੋ ਰੋ ਗਿਆ ਦਾ ਪਿਆ ਵਾ ਦਰਬਾਰ ਚ ਜ਼ੈਨਬ ਹਾਏ ਵੇ ਆਈ ਆਈ ਅਖੇਨ ਨਾ ਭਰ ਜਾ ਨਾਲੇ ਸਹਾਥ ਵਿੱਚ ਰਸੀਆ ਅੱਲਾਹ ਅੱਲਾਹ।